ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਜਿੱਥੇ ਹਰ ਆਧੁਨਿਕ ਸੁਵਿਧਾ ਉਪਲਬਧ ਹੋਵੇਗੀ। ਜੀ ਹਾਂ, ਆਉਣ ਵਾਲੇ 1 ਸਤੰਬਰ ਤੋਂ ਬਠਿੰਡਾ ਦੇ ਵਿੱਚ ਬਣ ਰਿਹਾ ਇਹ ਏਮਸ ਹਸਪਤਾਲ ਇਲਾਜ ਲਈ ਸ਼ੁਰੂ ਹੋ ਜਾਏਗਾ। ਜਿਸਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਦਾਅਵਾ ਕੀਤਾ ਹੈ। ਦਾਅਵੇ ਮੁਤਾਬਕ 1 ਸਤੰਬਰ ਤੋਂ ਇੱਥੇ ਓਪੀਡੀ ਸੁਵਿਧਾ ਸ਼ੁਰੂ ਹੋ ਜਾਏਗੀ, ਜਦਕਿ ਅਗਲੇ ਸਾਲ ਤੱਕ ਆਧੁਨਿਕ ਸਿਹਤ ਸੁਵਿਧਾ ਨਾਲ ਲੈਸ ਏਮਸ ਹਸਪਤਾਲ ਪੂਰੀ ਤਰ੍ਹਾਂ ਨਾਲ ਬਠਿੰਡਾ ਵਾਸੀਆਂ ਲਈ ਉਪਲਬਧ ਹੋਵੇਗਾ। ਤੇ ਅੱਜ ਖੁਸ਼ਖਬਰੀ ਆ ਹੈਗੀ ਕਿ ਪਰਮਾਤਮਾ ਦੀ ਅਪਾਰ ਕਿਰਪਾ ਦੇ ਨਾਲ 1 ਸਪਟੈਂਬਰ ਨੂੰ ਇੱਥੇ ਦੀ ਓਪੀਡੀ ਸ਼ੁਰੂ ਹੋ ਰਹੀ ਹੈ। ਅੰਦਰ ਦੇਖ ਕੇ ਆਇਆ, ਕਦੇ ਕੋਈ ਤੁਸੀਂ ਸਰਕਾਰੀ ਹਸਪਤਾਲ ਦੇਖਿਆ ਜਿਹਦੀ ਫਿਨਿਸ਼ਿੰਗ ਇੰਨੀ ਵਧੀਆ ਹੋਈ ਹੈ। ਸੋ ਓਪੀਡੀ ਆਪਣੇ 2 ਬਲੋਕਸ 'ਚ ਇਹ 31 ਅਗਸਤ ਨੂੰ ਹੈਂਡਓਵਰ ਕਰ ਦੇਣਗੇ ਅਤੇ 10 ਡਿਪਾਰਟਮੈਂਟਸ ਦੀ ਓਪੀਡੀ ਇੱਥੇ ਸ਼ੁਰੂ ਹੋ ਜੂਗੀ 1 ਸਪਟੈਂਬਰ ਤੋਂ। ਆਪਾਂ ਉਦਘਾਟਨ ਦਾ ਪ੍ਰਧਾਨ ਮੰਤਰੀ ਜੀ ਤੋਂ ਜਾਂ ਮੰਤਰੀ ਜੀ ਤੋਂ ਡੇਟ ਲੈ ਕੇ ਆਪਾਂ ਸ਼ੁਰੂਆਤ ਕਰਾਂਗੇ। ਹੋਪਫੁਲੀ ਜਿਹੜੀ ਵੀ ਡੇਟ ਮਿਲਦੀ ਹੈ, ਲੇਕਿਨ ਸਪਟੈਂਬਰ ਦੇ ਪਹਿਲੇ ਹਫ਼ਤੇ ਦੇ ਵਿੱਚ, ਅਤੇ ਉਹਦੇ ਬਾਅਦ ਲੋਕਾਂ ਦਾ ਇੱਥੇ ਇਲਾਜ ਸ਼ੁਰੂ ਹੋ ਜੂਗਾ। ਇਹ ਪਹਿਲਾ ਫੇਜ਼ ਹੋਊਗਾ। ਸੈਕੰਡ ਫੇਜ਼ ਜਿਹੜਾ ਹੈਗਾ, ਜਿੱਥੇ ਸਾਨੂੰ OT ਫੈਕਲਟੀ ਵਾਸਤੇ ਰਹਿਣ ਦਾ ਇਹ ਸਾਰੀ ਚੀਜ਼ਾਂ ਦਾ ਇੰਤਜ਼ਾਮ ਕਰਕੇ ਇਨਡੋਰ ਜਿਹੜੀ ਫੈਸਿਲਿਟੀਜ਼ ਹੁੰਦੀ ਜਿੱਥੇ ਪੇਸ਼ੈਂਟਸ ਇੱਥੇ ਭਰਤੀ ਹੋ ਸਕਦੇ ਨੇ, ਉਹਦਾ ਵੀ ਸਾਰਾ ਕੰਮਕਾਜ ਜੰਗੀ ਪੱਧਰ 'ਤੇ ਚੱਲ ਰਿਹਾ ਹੈਗਾ। ਬਠਿੰਡਾ ਦੇ ਵਿੱਚ ਬਣ ਰਹੇ ਸਭ ਤੋਂ ਵੱਡੇ ਹਸਪਤਾਲ ਦੀ ਉਸਾਰੀ ਕਿੱਥੇ ਤੱਕ ਪਹੁੰਚੀ ਹੈ ਅਤੇ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਇਸ ਦੇ ਵਿੱਚ ਉਪਲਬਧ ਹੋਣਗੀਆਂ, ਇਸ ਦੀ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਜੁਗਨੂ ਸ਼ਰਮਾ। ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਯੋਜਨਾ ਦੇ ਤਹਿਤ ਬਠਿੰਡਾ ਦੇ ਵਿੱਚ ਏਮਸ ਬਣਾਇਆ ਜਾ ਰਿਹਾ ਹੈ, ਜਿਸ ਦਾ ਕੰਮ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਸ ਏਮਸ ਦੇ ਵਿੱਚ ਫਰਸ਼ ਲਗਾਇਆ ਜਾਣਾ ਹੈ ਉਹ ਬਖੂਬੀ ਚੱਲ ਰਿਹਾ ਹੈ, ਲੇਬਰ ਲੱਗੀ ਹੋਈ ਹੈ। ਦੂਸਰੇ ਪਾਸੇ ਜਿਹੜਾ ਬਿਲਡਿੰਗਾਂ ਦਾ ਕੰਮ ਹੈ ਉਹ ਵੀ ਮੁਕੰਮਲ ਕੀਤਾ ਜਾ ਰਿਹਾ ਹੈ। ਇਹ ਬਿਲਡਿੰਗ OPD ਬਲੋਕ ਹੈ, ABC ਅਤੇ D ਬਲੋਕ ਨੇ, ਇਹ ਡਾਇਗਨੋਸਟਿਕ ਜਿਹੜੀ ਬਿਲਡਿੰਗ ਹੈ ਇਹਦੇ ਵਿੱਚ ਹੀ ਹੈ। ਬਿਲਕੁਲ ਇਸ ਦੇ ਪਿਛਲੇ ਪਾਸੇ OT ਦੀ ਬਿਲਡਿੰਗ ਹੈ ਅਤੇ ਬਿਲਕੁਲ ਇਸ ਦੇ ਖੱਬੇ ਪਾਸੇ ਉੱਥੇ ਆਯੁਸ਼ ਦੀ ਬਿਲਡਿੰਗ ਹੈ, ਆਯੁਸ਼, ਅਤੇ ਬਿਲਕੁਲ ਇਸ ਦੇ ਸਾਹਮਣੇ ਜਿਹੜਾ ਮੈਡੀਕਲ ਕਾਲਜ ਹੈ ਉਹ ਬਿਲਡਿੰਗ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਇਮਾਰਤ ਹੈ ਇਹ ਸਟੂਡੈਂਟ ਦੀ ਇਮਾਰਤ ਹੈ, ਇੱਥੇ ਜਿਹੜਾ ਮੈਡੀਕਲ ਕਾਲਜ ਹੈ, ਜਿਹੜਾ ਏਮਸ ਦੇ ਵਿੱਚ ਪ੍ਰਸ਼ਾਸਨ ਕੰਮ ਕਰੇਗਾ ਉਹਨਾਂ ਦੇ ਰਹਿਸ਼ ਦੇ ਲਈ ਜਿਹੜੀ ਇਮਾਰਤ ਬਣਾਈ ਗਈ ਹੈ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬਿਲਡਿੰਗ ਹੈ ਜਿਹੜੀ ਇਹ ਇੱਥੋਂ ਦੇ ਪ੍ਰਸ਼ਾਸਨ ਦੇ ਲਈ ਹੈ। ਤੁਹਾਨੂੰ ਦੱਸ ਦਈਏ ਕਿ ਕਰੀਬ 750 ਬੈੱਡ ਦਾ ਇਹ ਏਮਸ ਬਠਿੰਡਾ ਦੇ ਵਿੱਚ ਬਣਾਇਆ ਜਾ ਰਿਹਾ ਹੈ, ਜੋ ਕਿ 170 ਏਕੜ ਦੇ ਵਿੱਚ ਬਣਾਇਆ ਜਾ ਰਿਹਾ ਹੈ ਅਤੇ ਜਿਸ ਦੀ ਲਾਗਤ ਕਰੀਬ 925 ਕਰੋੜ ਹੋਵੇਗੀ। ਅਤੇ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਦੌਰਾ ਕੀਤਾ ਗਿਆ ਹੈ ਇਸ ਏਮਸ ਦਾ ਅਤੇ ਹਰ ਇੱਕ ਬਿਲਡਿੰਗ ਦਾ ਨਿਰੀਖਣ ਵੀ ਕੀਤਾ ਗਿਆ ਹੈ ਅਤੇ ਦਾਅਵਾ ਕਰ ਰਹੇ ਨੇ ਹਰਸਿਮਰਤ ਕੌਰ ਬਾਦਲ ਕਿ ਪਹਿਲੇ ਫੇਸ ਦੇ ਵਿੱਚ ਇਹ ਸਤੰਬਰ ਦੇ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਵੇਗਾ, OPD ਇਸ ਦੀ ਸ਼ੁਰੂ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਜਿਹੜਾ ਹੌਲੀ ਹੌਲੀ ਕਰਕੇ ਪੂਰਾ ਏਮਸ ਸ਼ੁਰੂ ਹੋ ਜਾਵੇਗਾ। ਕੈਮਰਾਮੈਨ ਹੈਪੀ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ TV, ਬਠਿੰਡਾ।